ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਅਸੀਂ ਐਫ ਆਈ ਆਰ ਦਰਜ ਕੀਤੀ ਸੀ 288 ਨੰਬਰ ਸਿਟੀ ਥਾਣੇ ਦੇ ਵਿੱਚ। ਸਾਡੇ ਸੀ ਆਈ ਏ ਇੰਚਾਰਜ ਗੁਰਪ੍ਰੀਤ ਔਰ ਉਹਨਾਂ ਦੀ ਟੀਮ ਵੱਲੋਂ, ਔਰ ਇਹਦੇ ਵਿੱਚ ਅਸੀਂ ਅਜੇ ਵਾਲੀਆ ਨਾਂ ਦਾ ਇੱਕ ਬੰਦੇ ਨੂੰ ਫੜਿਆ ਸੀਗਾ ਔਰ ਉਹਦੀ ਕੋਲੋਂ ਅਪਰੋਕਸੀਮੇਟਲੀ ਜਿਹੜੀ ਰਿਕਵਰੀ ਹੋਈ ਸੀ ਥਾਊਜ਼ੈਂਡ ਦੇ ਵਿੱਚ ਗੋਲੀਆਂ ਜਿਹੜੀਆਂ ਹੈਗੀਆਂ ਸੀਗੀਆਂ, ਕਰੀਬ 20,000 ਦੇ ਕਰੀਬ ਗੋਲੀਆਂ ਅਤੇ ਕੈਪਸੂਲ ਉਹਦੇ ਕੋਲ ਮਿਲੇ ਸੀਗੇ। ਉਹਦੀ ਫਰਦਰ ਜਿਹੜੀ ਇੰਟੈਰੋਗੇਸ਼ਨ ਦੇ ਵਿੱਚ, ਉਹਦੀ ਫਾਰਵਰਡ ਲਿੰਕਸ ਦੇ ਵਿੱਚ ਅਤੇ ਬੈਕਵਰਡ ਲਿੰਕ ਦੇ ਵਿੱਚ, ਬੈਕਵਰਡ ਲਿੰਕ ਦੇ ਵਿੱਚ ਇੰਟਰ ਸਟੇਟ ਹੈਗਾ ਸਾਡਾ ਜਿਹੜਾ ਬੰਦਾ ਅਸੀਂ ਨੋਮੀਨੇਟ ਕੀਤਾ ਉਹ ਆਗਰੇ ਤੋਂ ਹੈ, ਮਿਸਟਰ ਯਾਦਵ ਜੀ ਹੈਗੇ ਉੱਥੋਂ, ਔਰ ਫਾਰਵਰਡ ਲਿੰਕ ਦੇ ਵਿੱਚੋਂ ਅਵਤਾਰ ਹੈਗਾ ਗੜਦੀਵਾਲ ਤੋਂ, ਕਰਮਜੀਤ ਹੈਗਾ ਇੱਥੋਂ ਮਾਡਲ ਟਾਊਨ ਤੋਂ, ਚੈਨਦੀਪ, ਰਜਿੰਦਰ, ਚਰਨ ਇਹ ਤਿੰਨੋਂ ਹੀ ਹੈਗੇ ਆ ਟਾਂਡੇ ਤੋਂ, ਔਰ ਇਹਨਾਂ ਦੇ ਕੋਲੋਂ ਟੋਟਲ ਅਸੀਂ 21,600 ਇੱਕ ਕੈਪਸੂਲ ਹੈ, 28,800 ਗੋਲੀਆਂ ਮਾਰਕਾ ਹੈਗੀਆਂ, 5,000 ਇੱਕ ਹੋਰ ਡਿਫਰੈਂਟ ਗੋਲੀਆਂ ਹੈਗੀਆਂ, ਔਰ 10 ਲੱਖ ਦੇ ਕਰੀਬ ਜਿਹੜੀ ਡਰੱਗ ਮਨੀ ਕੁਛ ਅਜੇ ਤੋਂ ਮਿਲੀ ਸੀ ਅਤੇ ਕੁਛ ਇਹਦੇ ਤੋਂ ਮਿਲੀ ਸੀਗੀ ਆਪਣੇ ਤੋਂ ਜਿਹੜੇ ਟਾਂਡੇ ਵਾਲਾ ਹੈਗਾ, 5 ਲੱਖ ਉਹਨਾਂ ਤੋਂ ਟਾਂਡੇ ਵਾਲਿਆਂ ਤੋਂ, 5 ਲੱਖ ਮਿਲੀ ਸੀ ਅਜੇ ਦੇ ਕੋਲ। ਔਰ ਇਹਦੀ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਗੋਇੰਗ ਔਨ ਹੈਗੀ ਆ, ਔਰ ਜਿਹੜੇ ਇਹਦੇ ਫਾਰਵਰਡ ਲਿੰਕਸ ਹੈਗੇ ਆ ਔਰ ਬੈਕਵਰਡ ਲਿੰਕਸ ਹੈਗੇ ਆ ਇਹਨੂੰ ਅਸੀਂ ਡੈਡ ਐਂਡ ਤੱਕ ਲੈ ਕੇ ਜਾਵਾਂਗੇ, ਤਾਂ ਕਿ ਜਿਹੜੀ ਇਸ ਨਸ਼ੇ ਦੇ ਕੈਪਸੂਲ ਅਤੇ ਗੋਲੀਆਂ ਖਾ ਕੇ ਸਾਡੇ ਨੌਜਵਾਨ ਬਰਬਾਦ ਹੋ ਰਹੇ ਆ ਉਹਨੂੰ ਅਸੀਂ ਖਤਮ ਕਰੀਏ। ਇਹਨਾਂ ਦਾ ਜਿਹੜੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਵੀ ਇਹ ਕੋਰੀਅਰ ਦੇ ਥਰੂ ਆਪਣਾ ਜਿਹੜਾ ਹੈਗਾ ਅਜੇ ਇਹ ਕੋਰੀਅਰ ਕਰਦਾ ਸੀਗਾ ਉੱਥੋਂ ਆਗਰੇ ਵਾਲੇ ਬੰਦੇ ਨਾਲ, ਇਹਦਾ ਫੋਨ 'ਤੇ ਲਿੰਕ ਸੀਗਾ, ਇੰਟਰਨੈਟ ਕਾਲਿੰਗ ਹੈਗੀਆਂ, ਔਰ ਉਹਦੇ ਦੌਰਾਨ ਹੀ ਉੱਥੋਂ ਪਾਰਸਲ ਕਰਕੇ ਇਹਨੂੰ ਉਹ ਸੈਂਡ ਕਰ ਦਿੰਦਾ ਸੀਗਾ ਰਸੀਦ, ਔਰ ਇੱਥੋਂ ਇਹ ਪਾਰਸਲ ਵਾਲੇ ਨੂੰ ਆਪਣੀ ਰਸੀਦ ਦਿਖਾ ਕੇ ਉਹ ਪਾਰਸਲ ਆਪਣਾ ਲੈ ਲੈਂਦਾ ਸੀਗਾ ਜਿਹੜਾ ਕੋਰੀਅਰ ਆਉਂਦਾ ਸੀਗਾ। ਦੇਖੋ ਗੈਂਗ ਹੀ ਹੋ ਗਏ ਨਾ, 6 ਤਾਂ ਹੋ ਗਏ, 7 ਹੋਰ ਬੰਦੇ ਵੀ ਸਾਡੇ ਨੋਮੀਨੇਟ ਹੈਗੇ ਆ। ਇੱਕ ਤਰ੍ਹਾਂ ਦਾ ਨੈਟਵਰਕ ਸੀਗਾ ਇਹ ਨਸ਼ੀਲੇ ਕੈਪਸੂਲ ਗੋਲੀਆਂ ਦਾ। ਦੇਖੋ ਹਾਲੇ ਤੱਕ ਜਿਹੜੇ ਸਾਡੇ ਕੋਲ ਔਨ ਰਿਕਾਰਡ ਹੈਗੇ, ਮੈਂ ਹਾਲੇ ਉਹਨਾਂ ਦਾ ਨਾਂ ਨਹੀਂ ਲਵਾਂਗਾ, 2 ਤੋਂ 3 ਬੰਦੇ ਹੈਗੇ ਹੋਰ ਜਿਹੜੇ ਅਸੀਂ ਹਾਲੇ ਰਾਊਂਡ ਅਪ ਕਰਨੇ ਹੈਗੇ ਆ, ਔਰ ਉਹਨਾਂ ਦੀ ਫਰਦਰ ਇਨਵੈਸਟੀਗੇਸ਼ਨ 'ਚ ਜਿੱਦਾਂ ਜਿੱਦਾਂ ਸਾਡੇ ਕੋਲ ਐਵੀਡੈਂਸ ਆਈ ਜਾ ਰਹੀ ਆ, ਕਿਉਂਕਿ ਐਵੀਡੈਂਸ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਆ ਲਿੰਕ ਐਵੀਡੈਂਸ ਲਈ, ਔਰ ਕਈ ਤਰ੍ਹਾਂ ਦੀਆਂ ਯਾਨੀ ਕਿ ਜੋ ਜਿੱਦਾਂ ਭਾਅ ਜੀ ਹੁਣੀ ਗੱਲ ਕੀਤੀ ਆ ਅਫਵਾਹਾਂ ਹੈਗੀਆਂ, ਐਵੀਡੈਂਸ ਹੋਏਗੀ 100% ਉਹ ਕਰ। ਅਜੇ ਤਾਂ ਪਰਚਾ ਹੈਗਾ ਕਰਮਜੀਤ 'ਤੇ ਵੀ ਹੈਗਾ, ਰਜਿੰਦਰ 'ਤੇ ਵੀ ਹੈਗਾ। ਜਿਹੜੀ ਇਹਦੀ ਇੰਟੈਰੋਗੇਸ਼ਨ ਆਈ ਆ ਅਪਰੋਕਸੀਮੇਟਲੀ ਇਹ 1.5 ਤੋਂ 2 ਸਾਲ ਤੋਂ ਇਹ ਕੰਮ ਕਰ ਰਿਹਾ। ਬਿਲਕੁਲ ਜੀ, ਨੋਮੀਨੇਟ ਅਸੀਂ ਕੀਤਾ, ਉਹ ਬੈਕਵਰਡ ਤੋਂ ਉਹਦੀ ਐਵੀਡੈਂਸ ਕਲੈਕਟ ਕਰ ਰਹੇ ਹਾਂ ਅਸੀਂ, ਜਿਹੜੇ ਅਕਾਊਂਟਸ ਪੈਸੇ ਗਏ ਆ ਕੁਛ, ਚਲੋ ਬੈਂਕ ਦੀਆਂ ਹੁੰਦੀਆਂ ਕੁਛ ਪ੍ਰੋਬਲਮਸ ਹੁੰਦੀਆਂ, ਜਿਹੜੇ ਜਿਹੜੇ ਅਕਾਊਂਟਸ 'ਤੇ ਇਹਨੇ ਪੈਸੇ ਟ੍ਰਾਂਸਫਰ ਕੀਤੇ ਆ, ਪਲੱਸ ਕੋਰੀਅਰ ਵਾਲੇ ਨੂੰ ਵੀ ਕਰਾਂਗੇ ਹਾਲੇ, ਅਸੀਂ ਕੋਰੀਅਰ ਵਾਲੇ ਤੋਂ ਪੁੱਛਾਂਗੇ ਵੀ ਵਿਦਾਊਟ ਐਡਰੈਸ ਤੁਸੀਂ ਕਿਵੇਂ, ਵਿਦਾਊਟ ਆਈ ਡੀ ਤੁਸੀਂ ਇੱਕ ਬੰਦਾ ਆਉਂਦਾ ਆ ਤੁਹਾਡਾ, ਉਹ 'ਤੇ ਵੀ ਕਰਾਂਗੇ।
ਸਪਲਾਈ ਕਰਦੇ ਸੀ, ਕੋਈ ਲੋਕਲ ਦੁਕਾਨ ਵਾਲਾ ਵੀ ਕਰਿਆ ਜਾਂ ਮੈਡੀਕਲ ਸਟੋਰ ਵਾਲਾ ਵੀ? ਜਿਹੜਾ ਟਾਂਡੇ ਵਾਲਾ ਉਹ ਸ਼ੋਪ ਵਾਲਾ ਘਰੇ ਰੱਖੇ ਹੋਏ, ਇਹਨਾਂ ਨੇ ਗਡਾਊਨ ਬਣਾਇਆ ਹੋਇਆ ਸੀ, ਜੇ ਕੋਈ ਗਾਹਕ ਜਾਂਦਾ ਸੀ ਘਰੋਂ ਉਹਨੂੰ ਚੁਕਾਉਂਦੇ ਸੀ, ਕਿਉਂਕਿ ਟਾਂਡੇ ਵਾਲੀ ਜਿਹੜੀ ਸਪਲਾਈ ਸੀ ਅਪ ਟੂ ਭਲੱਥ ਬੇਗੋਵਾਲ ਤੱਕ ਸੀ, ਔਰ ਇੱਧਰ ਦਸੂਹਾ ਮਕੇਰੀਆਂ, ਕਿਉਂਕਿ ਮੇਨ ਸਪਲਾਇਰ ਇਹ ਸੀਗਾ ਮੁੰਡਾ ਜਿਹੜਾ ਕਰਮਜੀਤ ਇੱਥੋਂ ਚੱਕਦਾ ਸੀ, ਇਹਦੇ ਕੋਲ ਬਾਲੀ ਤੋਂ ਲੈਂਦਾ ਸੀ, ਕਰਮਜੀਤ ਚੱਕ ਕੇ ਇਹਨਾਂ ਨੂੰ ਫੜਾ ਸਪਲਾਈ ਦੇ ਦਿੰਦਾ ਸੀਗਾ ਟਾਂਡੇ ਵਾਲਿਆਂ ਨੂੰ, ਟਾਂਡੇ ਵਾਲੇ ਅੱਗੇ ਵੱਖ ਵੱਖ ਦੁਕਾਨਾਂ 'ਤੇ ਸਪਲਾਈ ਕਰਦੇ ਸੀ। ਦੇਖੋ ਜਿਹਦੀ ਵੀ ਮਰਜ਼ੀ ਹੋਵੇ ਸਰਕਾਰ ਵੱਲੋਂ ਕਲੀਅਰ ਰਹਿਤਾ, ਮੈਂ ਤੁਹਾਨੂੰ ਹੁਣੇ ਕੀ ਕਹਿ ਕੇ ਹਟਿਆ ਕਿ ਇਨਵੈਸਟੀਗੇਸ਼ਨ ਕੈਰੀ ਆਨ ਆ, ਉਹਦੇ 'ਚ ਕੋਈ ਹੋਵੇ ਜੀ ਐਨੀਵਨ, ਕਿਉਂਕਿ ਪਹਿਲਾਂ ਵੀ ਸਿੰਪਲ ਪੋਲਿਸੀ ਹੈਗੀ ਆ SSV ਸਾਹਿਬ ਵੱਲੋਂ, ਕਿਉਂਕਿ ਇਹਦੇ ਵਿੱਚ ਕਾਫੀ ਸਾਨੂੰ ਵੀ ਪਿਛਲੇ ਇੱਕ ਹਫ਼ਤੇ ਤੋਂ ਨਹੀਂ ਨਹੀਂ ਇਹ ਡਰੱਗ ਮਨੀ ਹੈ ਜੀ, ਹਾਲੇ ਉਹ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਇੱਕ ਤਾਂ 21 ਤਰੀਕ ਦੀ ਹੋਈ ਆ ਜੀ, ਪੜ੍ਹੋ ਨੋਟ ਤਾਂ ਪੜ੍ਹੋ ਨਾ। ਹਾਂਜੀ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹਦੇ ਵਿੱਚ ਹਾਲੇ ਇਨਵੈਸਟੀਗੇਸ਼ਨ ਕੈਰੀ ਆਨ ਹੈਗੀ ਆ, ਹੋਰ ਵੀ ਆ ਸ਼ਹਿਰ ਦੇ ਵਿੱਚ ਵੀ ਹੋਰ ਹੈਗਾ, ਹਾਲੇ ਹੋਰ ਕਿੱਥੇ ਕਿੱਥੇ ਐਂਗਲ 'ਤੇ ਜਾਂਦਾ ਆ, ਕਿਹੜੇ ਕੌਣ ਉਹਦੀ ਹੈਲਪ ਕਰ ਰਿਹਾ ਆ, ਇਹ ਸਾਰਾ ਨੈਟਵਰਕ ਹੀ ਅਸੀਂ ਨੰਗਾ ਕਰਾਂਗੇ ਵੀ ਕਿਹੜੇ ਕਿਹੜੇ ਪਾਸੇ ਕਿਹੜਾ ਬੰਦਾ ਕਿਹਦੀ ਹੈਲਪ ਲੈ ਰਿਹਾ ਸੀ, ਕੀ ਕਰ ਰਿਹਾ ਸੀਗਾ, ਉਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ। ਕਿਉਂਕਿ ਉਹਨਾਂ 'ਚ ਮੈਂ ਤੁਹਾਡੇ ਨੌਲੇਜ ਲਈ ਦੱਸ ਦਿੰਦਾ, NDAPS ਐਕਟ ਦਾ ਕਮਰਸ਼ੀਅਲ ਕੁਆਂਟਿਟੀ ਦਾ ਕੇਸ ਹੈ ਇਹ, ਉਹਨਾਂ 'ਚ ਕਿਸੇ ਬੰਦੇ ਨੂੰ ਵੀ ਇਹਦੇ ਵਿੱਚ ਅਰੈਸਟ ਨਹੀਂ ਪਈ, 6 ਬੰਦੇ ਫੜੇ ਆ ਜਿੰਨਾ ਚਿਰ ਸਾਡੇ ਕੋਲ ਐਵੀਡੈਂਸ ਨਹੀਂ ਆਈ।